लो जी, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਮਿਲੋ ਤੁਸੀਂ ਪਹਿਲਾਂ ਪ੍ਰਧਾਨ ਜੀ ਨੂੰ। ਸ੍ਰੀ ਅਕਾਲ ਜੀ ਪ੍ਰਧਾਨ ਜੀ, ਅੱਜ ਲੈਣ ਜਾ ਰਹੇ ਏਸੀ। ਦੱਸੋ ਪ੍ਰਧਾਨ ਜੀ, ਜਾਣਕਾਰੀ ਦਿਓ ਏਸੀ ਬਾਰੇ। ਹੁਣ ਕੁਛ ਏਸੀ ਬਾਰੇ ਭਾਈ ਇਦਾਂ ਦੀ ਜਾਣਕਾਰੀ ਆ ਵੀ ਕਰਦੇ ਨੇ ਕਰਾਇਆ ਆਪਰੇਸ਼ਨ ਪਥਰੀ ਦਾ। ਪਥਰੀ ਦੀ ਪਥਰੀ ਵੀ ਖਾਸੀ ਬੜੀ ਸੀ, ਚਲੋ ਹੋ ਗਿਆ ਆਪਰੇਸ਼ਨ ਸਰਕਾਰੀ ਹਸਪੀਟਲ 'ਚ ਕਰਾਇਆ ਵੀ। ਇੱਕ ਮੇਰੀ ਕੁੜੀ ਆਈ ਵੀ ਬਾਹਰ ਤੇ, ਗਰਮੀ ਬਹੁਤ ਆ ਜੀ, ਕੂਲਰ ਕਾ ਸਰਦਾ ਨਹੀਂ ਹੈਗਾ ਜੀ ਹੁਣ, ਏਸੀ ਡਿਮਾਂਡ ਹੋਈ ਵੀ। ਫਿਰ ਰੌਲਾ ਪੈਂਦਾ ਜੀ ਪਰਸੋਂ ਦਾ ਜੀ, ਐਤਵਾਰ ਨੂੰ ਬੇਟੀ ਆਈ ਦੀ ਜੀ, ਉਹ ਕਹਿੰਦੀ ਚਲੋ ਏਸੀ ਲਵਾ ਲਓ ਹੁਣ ਵੀ ਗਰਮੀ ਬਹੁਤ ਆ, ਝੱਲੀ ਵੀ ਨਹੀਂ ਜਾਂਦੀ ਜੀ, ਟਾਂਕੇ ਵੀ ਲੱਗੇ ਹੋਏ 10-12 ਕੁ। ਮੈਂ ਚਲੋ ਭਾਈ ਏਸੀ ਲਵਾ ਲੈਂਦੇ ਹਾਂ, ਹੁਣ ਲੈਣ ਚੱਲੇ ਜੀ ਏਸੀ ਰੋਪੜ ਨੂੰ ਚੱਲੇ ਹਾਂ ਜੀ, ਦੇਖਦੇ ਹਾਂ ਵੀ ਕਿਹੜੀ ਕੰਪਨੀ ਦਾ ਪਸੰਦ ਆਉਂਦਾ ਜੀ। ਏਸੀ ਵਾਲੀ ਦੁਕਾਨ ਜਿਹੜੀ ਹੈ ਬੜੀ ਹਾਲ ਹੈ ਜੀ, ਉਹ ਜਾ ਕੇ ਪਤਾ ਲੱਗੂਗਾ ਵੀ ਕਿੱਦਾਂ ਦਾ ਏਸੀ ਆ ਜੀ। ਬਾਕੀ ਅੱਗੇ ਨੂੰ ਇਹਦੇ ਬਾਰੇ ਜਾਣਕਾਰੀ ਭਾਈ ਦੇ ਏਸੀ ਲੱਗਿਆ ਹੋਇਆ, ਮੈਂ ਇਹਨੂੰ ਉਠਾਉਣ ਲੱਗਿਆ ਮੈਂ 10 ਵਜੇ ਦਾ ਤਕਰੀਬਨ, ਇਹ ਅੱਧਾ ਅੱਧਾ ਘਾਟਾ ਦੇਈ ਗਿਆ ਮੈਨੂੰ ਵੀ ਚੱਲਦੇ ਆ ਚੱਲਦੇ ਆ। ਕਿਤੇ ਰਾਤ ਆਇਆ ਕੰਮ ਮੁਕਾਤਾ। ਹਾਂ ਹੁਣ ਪ੍ਰਧਾਨ ਕਹਿੰਦਾ ਮੈਂ ਸਬਜ਼ੀ ਲੈਣੀ ਆ, ਮੈਂ ਸਬਜ਼ੀ ਭਾਈ ਲੈਣੀ ਆ। ਅਸੀਂ ਸਾਨੂੰ ਰੋਪੜ ਦੇ ਕਰਾਏ ਦਰਸ਼ਨਾਂ 'ਚ। ਹਾਂ ਸੇਵੇ ਸੇਵੇ ਸੇਵ ਆ ਠੀਕ ਕਰੇਡਾ ਭਾਈ ਸੇਵ ਸ਼ਾਮ ਨੂੰ ਆਉਂਗੇ ਮਹਿੰਗਾ ਸਸਤਾ ਹੀ ਬਹੁਤ ਸਬਜ਼ੀ ਲੈਣੀ ਲੈਣੀ ਚੀਜ਼ ਵੈਸ਼ਨੂੰ ਨਾਲ ਤੇ ਭਾਈ ਮੁਰਗਾ ਖਾਣਾ ਚਾਹੀਦਾ ਜਿਹੜਾ ਹੁਣ 80 ਰੁਪਏ ਕਿਲੋ ਦੱਸਦਾ। ਇੰਨੇ ਕੁ ਮੁਰਗਾ ਹੋਣਾ ਕਿਉਂਕਿ ਮੁਰਗਾ 150 ਰੁਪਏ ਕਿਲੋ ਆ ਭਾਈ, ਉਹ ਹੈ ਵੀ ਕਿਲੋ ਆ ਲੈ ਭਾਈ ਬਾਜ਼ਾਰ ਤੇ ਆਜ ਮਸੰਮੀ ਮਸੰਮੀ ਬਹੁਤ ਮੀੜੀ ਭਾਈ ਸਾਹਿਬ, ਆ ਮੀੜੀ ਵਾਰੀ ਆ ਮਸੰਮੀ ਕਾਗਜੀ ਕੱਢੋ ਜੀ ਮਸੰਮੀ ਦਾ। ਕਿਆ ਲੈਣਾ ਕੰਮ ਬਣਾ ਤਾ, ਕਿਹੜੀ ਸਬਜ਼ੀ ਲੈਣੀ ਭਾਈ? ਇਹ ਤਾਂ ਸਬਜ਼ੀ ਲੈਣੀ ਆ ਆਲੂ ਲਿਖੇ ਪਏ ਤਾਂ। ਹਾਂ ਆ ਦੇ ਭਾਈ ਪ੍ਰਧਾਨ ਜੀ, ਆ ਕੁੜੀ ਨੇ ਲਿਖੇ ਦਿੱਤੇ ਨੇ ਆਲੂ ਸਬਜ਼ੀ, ਆਲੂ ਅਦਰਕ ਮਿਰਚਾਂ ਗਰਮ ਮਸਾਲਾ ਕਾਲੀ ਮਿਰਚ ਫਲ ਲੈ ਭਾਈ ਲੰਦੇ ਹੁਣ ਸਬਜ਼ੀ। ਠੀਕ ਆ ਭਾਈ ਜੀ, ਆ ਰਹੇ ਹਾਂ। ਮਾਤਾ ਜੀ ਮਜ਼ਾਕ ਕਰਦਾ ਤਾ ਗੁੱਸੇ ਵਾਲਾ ਮੇਰੇ 'ਚ ਨਹੀਂ ਜੀ ਲੱਗੇ ਬਾਈ, ਰੰਗ ਕਾਰਨ ਤਸੱਲੀ ਬਖਸ਼ ਕੰਮ। ਅੱਛਾ ਵੀ ਮਹੀਨਾ ਹੋਰ ਆ ਆਏ ਆ ਬਾਈ, ਉਹ ਤਾਂ ਛੱਡ ਤੂੰ, ਮੈਂ ਦੱਸਦਾ ਵੀ ਤਸੱਲੀ ਬਖਸ਼ ਕੰਮ ਚੱਲਦਾ। ਇਹ ਪਤਾ ਕਾਹਤੇ ਬਾਈ ਇੰਨਾ ਟਾਈਮ ਲਵਾ ਰਹੇ ਹਾਂ, ਹੱਛਵੀਰ ਵੀ ਕਹਿੰਦਾ ਲੱਗਿਆ ਰਿਹਾ, ਕਿਉਂਕਿ ਜੇ 2-4 ਦਿਨ ਵੀ ਇਹ ਘਰਾਂ ਪੈ ਗਿਆ ਇਹਦਾ ਸਰੀਰ ਠੰਡਾ ਹੋ ਜਾਣਾ, ਇਹਨੇ ਡੱਕਾ ਹੀ ਤੋੜਨਾ ਫਿਰ। ਆ ਜਿਹੜਾ ਲੱਗਿਆ ਹੋਇਆ ਪਰਨੇ ਵਾਲਾ, ਹੁਣ ਆਏ ਹਾਂ ਇੱਧਰ ਤੇ ਨਿਬੜਨਾ, ਜਾਣ ਧਾਨ ਆ ਜਾਣੇ ਚੱਲ ਉੱਧਰ ਖੜਨ ਦੇਣਾ, ਇਹ ਖੜਨ ਨਹੀਂ ਦੇਣਾ, ਵਿਹਲਾ ਨਹੀਂ ਰੱਖਣਾ ਲੋਕਾਂ ਨੂੰ ਪਤਾ ਹੀ ਪਿੰਡਾਂ ਦੇ ਕਿਹੋ ਜਿਹੇ ਹਾਲਾਤ ਹੁੰਦੇ ਯਾਰ। ਬਾਕੀ ਬਾਈ ਆਪਣਾ ਕੰਮ ਨਿਬੜ ਗਿਆ ਜੀ, ਪਰਨਿਆਂ ਦਾ ਅੱਜ ਪਾਣੀ ਵਾਲੀ ਟੈਂਕੀ ਲੱਗੇ ਹੋਏ ਜੀ ਲਾਉਣ, ਨਿਬੜ ਗਿਆ ਜੀ ਕੰਮ। ਹੁਣ ਆਪਣੇ ਵਾਲਾ ਤਕਰੀਬਨ ਹੋ ਗਿਆ, ਤਿੰਦੇ ਵਾਲੇ ਦਾ ਰਹਿ ਗਿਆ ਥੋੜ੍ਹਾ ਜਿਹਾ, ਉਹਨੂੰ ਲੱਗਿਆ ਵਾ ਬਾਈ ਵੀ ਅੱਜ ਕੰਪਲੀਟ ਹੋ ਜੂਗਾ ਜੀ। ਬਾਰਿਸ਼ ਵੀ ਲੱਗ ਗਈ ਹੁਣ, ਇਹ ਵੀ ਟਰਾਲਾ ਅੰਦਰ ਜਾਣਾ ਹੁਣ, ਰਹਿੰਦਾ ਲਿਆਉਣੇ ਨੂੰ ਮਲਕੀਤ ਬਾਈ ਚੈਨਲ ਵਾਲਾ ਯੂਟਿਊਬ ਵਾਲਾ ਬਾਈ ਕਹਿੰਦਾ ਸੋਮਵਾਰ ਨੂੰ ਮਿਲਣਾ, ਤੈਨੂੰ ਰੰਗ ਦਾ ਫਰਕ ਨੀ ਲੱਗਦਾ ਇਹਦਾ? ਵਧੀਆ ਕਰਦੇ ਫਿਰ
चुप तेरे बापू ने तेन हटाया था जो तू सा पाकिस्तान पिंड च रहते इधर पाकिस्तान दो तीन बोलो आउट हो जाना जो बैठे सिर पर वालीबाल च देख ली जे नहीं लगी तैं गलत बनाती गोली मार दो कोई जगराते च नौ बोलदा तुसीं थोड़ा घर डर जगराते मैं भगत भगत ही पई है बड़े पंडाल च बैठे सक्राइबर जुड़ जुड़े पांच चढ़े असि बैठे सुनने पूरा चना बताई चल स्पीकर दे नाम भूल गया बापू दा नाम नहीं दा इना बोलदा जिना मासड़ दा बोलदा मासड़ भगत यूट्यूब वाले हां चाचे बन की गल हो गया ना हो रही अंदर आ काट बाद बाहर क्या लिखूंगा इधर पर फ्रिज पर किधर फ्रिज पर अरे मैं जल लिख दो हूं उनका देखना जल नहीं कोक लिखो मैं कोक पा के रख ठंडे दे यकीन है पानी पाउना कदे हजार पाउनी है चल पाने 12 घंटे भी लगने 24 घंटे भी लगने उत्थे वास्ते पा के ले जाना भी हाथ धो हो जांदे आ नहीं कंटीन च जाना पैंदा तुर के 10 किलोमीटर हाथ धोना बहुत दूर जाते थे जी ला था हम हाथ धोते थे बहुत दूर जाके आहो मुस्क मार ला मौसम ला दो बाघ आ गया
ਆਪਣੇ ਪਿੰਡ ਤੁਹਾਨੂੰ ਪਤਾ ਹੀ ਨਹੀਂ ਨਹੀਂ ਸਾਨੂੰ ਕਿੱਥੇ ਪਤਾ ਇੰਨੀ ਰੌਲਾ ਪਾਤਾ ਇੰਨੀ ਰੌਲਾ ਪਾਤਾ ਕਿਸੇ ਨੇ ਕਹਿੰਦੇ ਬਾਗ ਆ ਗਿਆ ਬਾਗ ਆ ਗਿਆ ਜਾਨੀ ਦਾ ਰੌਲਾ ਪਿਆ ਜਾਂ ਕਹਿੰਦੇ ਤੇ ਜੀ ਹਾਫੀ ਆ ਗਿਆ ਹਾਫੀ ਆ ਗਿਆ ਹਾਂ ਉਹ ਤੇ ਭਈਏ ਕੋਲ ਅਸੀਂ ਉੱਥੇ ਖੜੇ ਭਈਏ ਦੇ ਮਗੇ ਤੋਂ ਦੀਪੜ ਪਈ ਵੀ ਸੂਏ ਦੇ ਭਈਏ ਨਹੀਂ ਭੜਕਾਤਾ ਲੋਕਾਂ ਨੇ ਕਹਿੰਦੇ ਵੀ ਕੋਠੇ ਪਰਾਂ ਚੜ ਜੰਨੇ ਹੋ ਇੰਨੇ ਲੰਬੇ ਆ ਉਹੀ ਦਹਿਸ਼ਤ ਫਲਾਈ ਵੀ ਇਹਨਾਂ ਨੇ ਰੌਲਾ ਪਿਆ ਯਾਰ ਉਹ ਗੰਨੇ ਇੱਧੇ ਲੈ ਭਾਉ ਵਾਲੇ ਭਾਈ ਗੰਨੇ ਚ ਉਹ ਲੱਭੇ ਬਿਸਕੁਟਾਂ ਦੇ ਲਪਾਪੇ ਆਏ ਲੱਭੇ ਉਹੀ ਆਪਣੇ ਕੋਲ ਤੇ ਬੋਲ ਕਰੇ ਮੁਰਕ ਦਾ ਤੈਨੂੰ ਪਤਾ ਗੱਲ ਬੜੀ ਮਿਲਣੀ ਚਾਹੀਦੀ ਆ ਇਹ ਤਾਂ ਆਪੇ ਚੱਕ ਹੋ ਜਾਂਦੀ ਹੈ ਹੈ ਕਿ ਨਹੀਂ ਨਹੀਂ ਇੰਡੀਆ ਚ ਨਹੀਂ ਗੱਲ ਚੱਕ ਕੋਈ ਹੋਰ ਕਿੱਥੇ ਹੋਰ ਕਿੱਥੇ ਚੱਕਣੀ ਹੈ ਇਹਦੇ ਆ ਪੱਲੜੇ ਜੇ ਕਾਸੇ ਰਹੀਏ ਤੇ ਕਾਸ ਦੇ ਇਹਦੇ ਉੱਪਰ ਰੰਗ ਵੱਜ ਜੂਗਾ ਹਾਂ ਪਹਿਲਾਂ ਪੁੱਛ ਲੈ ਮੈਂ ਜੀ ਥੱਲੇ ਕਿਸਨੇ ਤਾਂ ਇਹ ਪੁੱਛ ਗਿਆ ਤਾਂ ਚੱਕ ਕੇ ਕਾਸ ਦੇ ਆ ਨਾਟੀ ਤੇ ਪੱਲੜੇ ਜਿਹੜੇ ਇਹਦੇ ਆ ਪੈਰਾਂ ਵਾਲੇ ਪਿੱਛੇ ਵਾਲੇ ਅਸੀਂ ਜਾ ਰਹੇ ਹਾਂ ਬੰਦ मैं बाली बाग खेता था डीसीपी खड़ा भाई इधर डीसी आउंदा ही नहीं अंदर क्या चक्कर हो गया दो महीने का पता डीसी साल नहीं 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 तुम्हारी बाउंड्री लगी हुई थे ਮੇਰੇ ਚੌਣੇ ਵਾਲੇ ਦੇਖ ਲੋ ਇੱਕ ਵਾਰੀ ਮੁੜ ਕੇ ਕਿਹਾ ਤੁਹਾਨੂੰ ਦਿਖਣਾ ਨਹੀਂ 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 ਕਾਹਦੇ ਏਡੀ ਦੀ ਆਏ ਜੀ ਗੱਲ ਨਹੀਂ ਹਾਂ ਕਿਆ ਹੋ ਗਿਆ ਇਹ ਜਾਂ ਦੱਸਦੇ ਫਿਰ ਸਾਰਿਆਂ ਨੂੰ ਅਗਲਾ ਪੁੱਛੂੰਗਾ ਨਹੀਂ ਨੰਬਰ ਦੇ ਦੇ ਆਪਣਾ ਤੇਰਾ ਹਾਲ ਚਾਲ ਪੁੱਛ ਲੂੰਗਾ ਅਗਲੇ ਮੈਂ ਦਰਦ ਸ਼ੁਰੂ ਹੋਣ ਦਾ ਬੰਦਾ ਦਰਦ ਹੁੰਦਾ ਅੱਛਾ ਦਵਾਈ ਵੀ ਚੱਲਦੀ ਪਰ ਮਾਰ ਦਿਖਾਉਂਦਾ ਬਸ ਹੁਣ ਰੱਬੇ ਜਾਣ ਦੋੜ ਜਦ ਤੱਕ ਜ਼ਿੰਦਗੀ ਦਾ ਕਰ ਲੈ ਟਾਈਮ ਬਹੁਤੀ ਵੀ ਫਿਰ ਅੱਬ ਕਹਿੰਦਾ ਭੁੱਗਣੀ ਹੁੰਦੇ ਤੁਸੀਂ ਵੀ ਹੁੰਦੀ ਅੱਛਾ ਜਿੰਨੀ ਕੋਈ ਨਿਕਲ ਨਹੀਂ ਮਿਲਦੀ ਹੈ ਵਧੀਆ ਨਿਆਣਿਆਂ ਨੂੰ ਐ ਡੀਸੀ ਖੇਲਣੇ ਨੂੰ ਰੇ ਬਾਈ ਜੀ ਵਧੀਆ ਗਰਾਊਂਡ ਬਣ ਗਿਆ ਧਰਮ ਸਾਲਾ ਏ ਪਰ ਨਸ਼ੇ ਦੇ ਦੂਰ ਰੁੰਗ ਪੰਗਾ ਰਹੇ ਨਾ ਵਧੀਆ ਯਾਰ ਨਾ ਗਰਮੀ ਨਿਕਲਦੀ ਆ ਨਿਆਣਿਆਂ ਨੂੰ ਸ਼ਾਮ ਨੂੰ ਖੇਲਣੇ 2 ਘੰਟੇ ਮਿਲ ਜਾਂਦੇ ਵਧੀਆ ਸਕੂਲ ਤੇ ਆਉਂਦੇ ਆ ਅਗਲੇ ਖੇਲਣਾ ਵੀ ਜ਼ਰੂਰੀ ਨਿਆਣਿਆਂ ਨੂੰ ਸਾਡੇ ਪਿੰਡ ਦਾ ਮੁੰਡਾ ਛੋੜਾ ਹੋਇਆ ਰਿਹਾ ਹਾਂ ਯਾਰ ਖੇਲਣ ਲੱਗੇ ਕਿ ਆਪਣਾ ਮਾਂ ਬਾਪ ਦਾ ਹਾਂ ਚੰਗਾ ਬਣ ਜਵੇ ਹੋਰ ਕਿੰਨੇ ਭਰਤੀ ਹੋਏ ਹੂੰ ਹੁਣ ਸਾਡਾ ਹੀ ਕਿੰਗਲੇ ਪੰਜਾਬ ਦਾ ਮੁੰਡਾ ਭਰਤੀ ਹੋਇਆ ਪੰਜਾਬ ਦਾ ਕਿੰਨਾ ਮਹਿੰਗਾ ਵਿਕਿਆ ਕਿਹੜਾ ਅਸਜੀਵ ਜਾ ਅੱਛਾ ਇਹ ਚੜ ਬੁੱਲੀ ਲੱਗਦੀ ਉਹ ਆਪਣੇ ਪਿੰਡਾਂ ਚੋਂ ਹੀ ਉੱਠਦੇ ਆ ਉਹ ਵੀ ਗੱਲ ਆ ਹੂੰ ਦਿਖਾਉਣੇ ਹੀ ਗੇਮ ਖੇਲਦੇ ਸਭ ਰੱਖਣਾ ਪੈਂਦਾ ਕਮਲ ਜੀ ਗੁੰਦੇ ਬਾਰੇ ਦੱਸੋ ਬਾਰੇ ਵਾਧਾ ਕਹਦੇ ਨਹੀਂ ਯਾਰ ਕਿਹੜਾ ਦੇਬੂ ਬਾਰੇ ਦੇਬੂ ਨਹੀਂ ਹੁਣ ਤਾਂ ਹੋ ਗਿਆ ਭਤੀਜਾ ਖੜਾ ਬਾਈ ਯਾਰ ਕਹਿੰਦਾ ਇਹ ਵੱਧਦਾ ਨੀ ਮੈਂ ਇੰਨਾ ਵੱਧ ਗਿਆ ਬਾਈ ਮਾੜਾ ਮੋਟਾ ਮੈਂ ਜਿੰਨਾ ਕਗਨ ਜਿੰਨਾ ਨਾ ਹੋ ਜਾਣਾ ਏ ਤਾਂ ਉਹ ਕਿਹੜੀ ਉਮਰ ਹੋਈ ਡੀਸੀ ਵਾਲੇ ਹੈ ਚੌੜਾ ਹੋਈ ਜਾਂਦਾ ਲੰਬਾ ਨੀ ਹੁੰਦਾ ਹੈ ਥੱਲੇ ਪਿੰਡ ਦਾ ਇੱਕ ਮੁੰਡਾ ਤੁਹਾਨੂੰ ਦਿਖਾਉਣਾ ਤਾਂ ਵੀਡੀਓ ਤੁਸੀਂ ਪਰ ਉਹਦੇ ਕਾਕੂ
बारिश के कारण मैच बिघन पै गया भाई आला स्मैशर आ गया भाई इहदा पैरी बहुत अहि जी मरी दवीर पैरी बाल बाहा पर आई जदे मीह आ गया देखी नाले बाल बादी साल हो गया कल कल गए जे बाली घर बजी फिर कहीं बाल बना चल हट गया चलो चलियो हट गया चलो भाई न्याणे पैंदा मी तो मिट्टी चेकनी मिट्टी है भाई गिरना बहुत बहुत गिरना तिलक बहुत खराब होनी थोड़ी मीह च बंद लैंटर छत पड़क आई सास हुई यार ये ग्राउंड दा ओही बधेरा है सास ये बहुत आ देख एक ता खड़ा आले दवाई सारा ए हुन स्प्रे करिए कद करिए अज हां हुन करिए मतलब मी पै गया एने के तक कोई चटपटे करी पता नहीं जग्गा भाई करदा चटपटे करी होनी हुन ता हड़ा देना बढ़िया ए बूटे भी लाए नाले तोले ए हां फोकस दे भाई ये पर बंदे पर बूटे भी लाए हैं जमणा के बनाले अंब लाए हुए हैं साइडों पर छोटे छोटे हैं हां रुके हुए करके रुके हुए नहीं होने हाथ बिंगे ले गए सीखना नहीं है यार मुंडा जिन्ना मर्जी समझा लो उन्हें सीखना नहीं उन्हें कहना मैं ही ठीक है बस सीखते नहीं रहने अजकल टुट टुट के पैने भाई उपर दस दे कुछ बाकी यार कोच कोच हासी हो फिर क्या देखना गब्बे खड़ा कोई बोल नहीं चक्कर ये देखिए आ दे तो एक और मार दो अपनी टच सारे मार दो गरूर उधर मारनी बोल इधर नहीं मारी ना बालू डिपेंडर है सेंटर
ਸੈਂਟਰ ਜੇ ਖੜਾ ਵੀ ਨੈਟ ਕੋ ਖੜ ਜੋ ਇੱਕ ਜਣਾ ਹਟ ਗਿਆ ਹੁਣ ਤਾਂ सेंटर खड़ा बंदा भाई सिक्का मेरे पॉइंट हो गए जितते वे भाई चार मैच जीत के हटे चार मैच जीत के हारे वाले पासे करता है यदि हुण चार जेड़े चार हारे रौंडी पिटी हुई बाहर गई बॉल राउंड निकल कैमरे के सारा कुछ तुम देख सकते हो बॉल बची मैं कैमरे च रिकॉर्ड हो गया उंगल मचोलिया अचानक अचानक उधर चले जाए उधर तेरी मुड़ती इधर आ जाए चल चल रोटी पिटर लाने खड़ जाओ खड़ जाओ टाइम बंदन आया पे कम कोस आवे लोट आउंदे तो घंटा लागे बन्ने क्या बन्ने चलो चल दा परना पीछे लटकदा फेर हाल है आ पॉइंट हाल है गेरता नेट नहीं का नहीं 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 पॉइंट आ पॉइंट आ पॉइंट हां बाल से रोकदा ही तू कौन मेरे को आऊंगी बोल ता ही रोकूंगा ले घुमणा बच्चे जेती इधर आ आ देख गोड्डा किथे मारया कर ना पे नेट वाली पता लगया जे वो तो बात ही गल है चप्पल से बाहर गिरी हुई थोड़ी मैं गुस्सा चढ़ाई घर तक चक्के छड़ना अज नहीं हटदा पोला थप्पिया मारदा जिम जांदा फर्क है ਆਲੇ ਉਹ 12 ਨੂੰ
ਨਾਰਮਲ ਪੁਆਇੰਟ ਇੱਥੇ ਪੱਟ ਫੁੱਲੇ ਪੈ ਗਏ ਲੋਈ ਦਰਸ਼ਕ ਪਧਾਰ ਕੇ ਨੇ ਹੋਰ ਮੈਂ ਉਧਰ ਦਾ ਬਾਈ ਵੀਡੀਓ ਸਾਰੇ ਫੋਨ ਉਹ ਕੱਲਾ ਹੀ ਲੋਟ ਆਉਂਦਾ ਮੈਂ ਫਿਲਹਾਲ ਅੱਜ ਲਈ ਬਹੁਤ ਆ, ਮਿਲਦੇ ਆ ਕੱਲ ਨੂੰ। ਚਲੋ।